ਕਰੋਨਾ ਵਾਇਰਸ ਦੇ ਚੱਲਦੇ ਲੱਗੇ ਕਰਫਿਊ ਦੌਰਾਨ ਤੁਸੀਂ ਜਿੱਥੇ ਸਰਕਾਰ ਤੋਂ ਉਮੀਦਾਂ ਲਾਈ ਬੈਠੇ ਹੋ ਕਿ ਸ਼ਾਇਦ ਲੋਕਡਾਊਨ ਖੁੱਲ੍ਹ ਜਾਵੇਗਾ ਅਤੇ ਅਸੀਂ ਆਪਣੇ ਕੰਮ ਧੰਦਿਆਂ 'ਤੇ ਜਾ ਸਕਾਂਗੇ, ਉੱਥੇ ਸਰਕਾਰ ਵੱਲੋਂ ਹੋਰ ਸਖਤੀ ਕੀਤੀ ਜਾ ਰਹੀ ਹੈ। ਅੱਜ SSP ਨਾਨਕ ਸਿੰਘ ਨਾਲ ਮੁਲਾਕਾਤ ਦੌਰਾਨ ਉਹਨਾਂ ਦੱਸਿਆ ਕਿ ਜਿਹੜੇ ਜਿਹੜੇ ਆਦਮੀ ਕਰਫਿਊ ਦੀ ਉਲੰਘਣਾ ਕਰਦੇ ਨੇ ਅਤੇ ਉਹਨਾਂ 'ਤੇ ਜੋ ਪਰਚੇ ਹੁੰਦੇ ਨੇ ਉਹ ਪਰਚੇ ਉਹਨਾਂ ਦੇ ਨੌਕਰੀ ਲਈ ਅਤੇ ਪਾਸਪੋਰਟ ਲਈ ਸਮੱਸਿਆ ਬਣ ਜਾਣਗੇ। ਉਹਨਾਂ ਦੇ ਜਦੋਂ ਨੌਕਰੀ ਜਾਂ ਪਾਸਪੋਰਟ ਦੀ ਵੈਰੀਫਿਕੇਸ਼ਨ ਆਵੇਗੀ ਤਾਂ ਉਸ ਵਿੱਚ ਇਹ ਸਭ ਕੁਝ ਲਿਖਿਆ ਜਾਵੇਗਾ ਕਿ ਇਹਨਾਂ ਨੇ ਕਰਫਿਊ ਦੀ ਉਲੰਘਣਾ ਕੀਤੀ ਹੈ, ਇਹਨਾਂ ਦਾ ਪਾਸਪੋਰਟ ਜਾਂ ਨੌਕਰੀ ਇਹਨਾਂ ਨੂੰ ਨਾ ਦਿੱਤੀ ਜਾਵੇ। SSP ਡਾਕਟਰ ਨਾਨਕ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਘਰਾਂ 'ਚੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਅਤੇ ਪੁਲਿਸ ਦਾ ਅਤੇ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ। ਜਿਹੜਾ ਕਰਫਿਊ ਚੱਲ ਰਿਹਾ 23 ਤਰੀਕ ਤੋਂ 3 ਤਰੀਕ ਤੱਕ ਇਹ ਕੰਟੀਨਿਊ ਰਹਿਣਾ 3 ਮਈ ਤੱਕ, ਇਹਦੇ ਵਿੱਚ ਜਿਹੜੇ ਵੀ ਬੰਦੇ ਕਰਫਿਊ ਦੀ ਉਲੰਘਣਾ ਕਰਦੇ ਪਾਏ ਜਾਂਦੇ ਨੇ ਉਹਨਾਂ 'ਤੇ ਪਰਚੇ ਦਰਜ ਕੀਤੇ ਜਾਣਗੇ 188 ਅਤੇ 269 ਦੇ IPC ਦੇ ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ 'ਤੇ। ਇਹਨਾਂ ਵਿੱਚ ਜਿਹੜੇ ਵੀ ਬੰਦਿਆਂ 'ਤੇ FIR ਹੁੰਦੀ ਹੈ ਉਹਨਾਂ ਦੇ ਰਿਕਾਰਡ 'ਚ ਐਂਟਰ ਹੋਊਗਾ ਅਤੇ ਕੱਲ੍ਹ ਨੂੰ ਜੇ ਉਹਨਾਂ ਨੂੰ ਗਵਰਨਮੈਂਟ ਜੋਬ ਮਿਲਦੀ ਹੈ ਜਾਂ ਪਾਸਪੋਰਟ ਵਾਸਤੇ ਉਹ ਅਪਲਾਈ ਕਰਦੇ ਆ, ਜਿਹੜਾ ਪੁਲਿਸ ਕਲੀਅਰੈਂਸ ਸਰਟੀਫਿਕੇਟ ਜਾਣਾ ਹੁੰਦਾ ਉਹਦੇ ਵਿੱਚ ਇਹ ਮੈਨਸ਼ਨ ਹੋਊਗਾ ਕਿ ਇਹਨਾਂ 'ਤੇ FIR ਦਰਜ ਹੈ ਅਤੇ ਇਹਨਾਂ ਨੂੰ ਗਵਰਨਮੈਂਟ ਜੋਬ 'ਤੇ ਨਾ ਰੱਖਿਆ ਜਾਵੇ ਅਤੇ ਇਹਨਾਂ ਨੂੰ ਪਾਸਪੋਰਟ ਇਸ਼ੂ ਨਾ ਦਿੱਤੇ ਜਾਵੇ। ਅਸੀਂ 120 ਪਰਚੇ ਦਰਜ ਕਰ ਚੁੱਕੇ ਹਾਂ ਅਤੇ 400 ਤੋਂ ਜ਼ਿਆਦਾ ਬੰਦੇ ਇਹਦੇ ਵਿੱਚ ਨੋਮੀਨੇਟ ਹੋ ਚੁੱਕੇ ਨੇ ਅਤੇ ਇਹਨਾਂ ਨੂੰ ਅਰੈਸਟ ਵੀ ਕੀਤਾ ਜਾ ਚੁੱਕਾ, ਇਹਨਾਂ ਖਿਲਾਫ਼ ਕਾਰਵਾਈ ਵੀ ਕੀਤੀ ਜਾ ਰਹੀ ਹੈ। ਅਤੇ ਜਿਵੇਂ ਮੈਂ ਪਹਿਲਾਂ ਦੱਸਿਆ, ਇਹਨਾਂ ਦਾ ਜਦੋਂ ਵੀ ਪੁਲਿਸ ਕਲੀਅਰੈਂਸ ਸਰਟੀਫਿਕੇਟ ਜਾਰੀ ਹੋਊਗਾ ਉਹਦੇ ਵਿੱਚ ਮੈਨਸ਼ਨ ਹੋਊਗਾ ਕਿ ਇਹਨਾਂ ਦਾ ਪਾਸਪੋਰਟ ਵੀ ਨਾ ਬਣੇ ਅਤੇ ਗਵਰਨਮੈਂਟ ਜੋਬ ਵੀ ਨਾ ਦਿੱਤਾ ਜਾਵੇ। ਓਪਨ ਜੇਲ੍ਹ 'ਚ ਅਸੀਂ ਪਿਛਲੇ ਇੱਕ ਹਫ਼ਤੇ 500 ਬੰਦੇ ਨੂੰ ਭੇਜਿਆ, ਸੋ ਉਹਦੇ ਵਿੱਚ ਜਿਹੜੇ ਬਿਲਕੁਲ ਹੀ ਨੋਨ ਜੈਨੂਇਨ ਰੀਜ਼ਨ ਕਰਕੇ ਬਾਹਰ ਨਿਕਲੇ ਸੀ, ਕੋਈ ਉਹਨਾਂ ਦੀ ਜਸਟੀਫਿਕੇਸ਼ਨ ਨਹੀਂ ਸੀ, ਉਹਨਾਂ 'ਤੇ FIR ਦਰਜ ਹੋਈ ਹੈ। ਜਿਨ੍ਹਾਂ ਦੇ ਥੋੜ੍ਹੇ ਬਹੁਤ ਜੈਨੂਇਨ ਰੀਜ਼ਨ ਸੀਗੇ ਉਹਨਾਂ ਨੂੰ ਅਸੀਂ ਲੈਟ ਆਫ ਕੀਤਾ ਸ਼ਾਮ ਨੂੰ। ਸੋ ਇਟਸ ਅ ਵਾਰਨਿੰਗ ਟੂ ਐਵਰੀਬਡੀ ਕਿ ਬਠਿੰਡਾ ਦੇ ਜਿਹੜੇ ਵੀ ਡਿਸਟ੍ਰਿਕਟ ਦੇ ਰੈਜੀਡੈਂਟ ਨੇ ਉਹ ਬਿਨਾਂ ਕੰਮ ਦੇ ਕਰਫਿਊ ਦੀ ਉਲੰਘਣਾ ਕਰਦੇ ਹੋਏ ਬਾਹਰ ਨਾ ਆਏ। ਜੈਂਡਰ ਸਪੈਸੀਫਿਕ ਨਹੀਂ ਹੈ, ਚਾਹੇ ਮੇਲ ਹੋਵੇ ਚਾਹੇ ਫੀਮੇਲ ਹੋਵੇ, ਕੋਈ ਵੀ ਜੇ ਕਰਫਿਊ ਦੀ ਉਲੰਘਣਾ ਕਰਦੇ ਪਾਇਆ ਜਾਂਦਾ ਤਾਂ ਉਹਦੇ 'ਤੇ ਕਾਰਵਾਈ ਹੋਊ। ਬਠਿੰਡਾ ਸਰਗਰਮੀਆਂ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।